ਜੋ ਸਿਆਸੀ ਕਾਨਫਰੰਸਾਂ ਹਨ, ਕੀ ਇਹ ਜੋ ਸ਼ਹੀਦੀ ਪੰਦਰਵਾੜਾ ਹੈ, ਜੋ ਸ਼ਹੀਦੀ ਜੋੜ ਮੇਲ ਹੈ, ਇਸਦੀ ਅਹਿਮੀਅਤ ਨੂੰ ਘਟਾਉਂਦੀਆਂ ਹਨ ਜਾਂ ਸੁਰਜੀਤ ਕਰਦੀਆਂ ਨੇ ਵਿਧਾਨ? ਉਹ ਪੰਥਕ ਸਰਕਾਰਾਂ ਜਿਹੜੀਆਂ ਆਪਣੇ ਨੂੰ ਪੰਥਕ ਕਹਾਉਂਦੀਆਂ ਸੀਗੀਆਂ ਪਾਰਟੀਆਂ, ਉਹਨਾਂ ਦੇ ਰਾਜ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਅਤੇ ਅੱਜ ਤੱਕ ਦੋਸ਼ੀ ਫੜੇ ਨਹੀਂ ਗਏ ਅਤੇ ਉਹਨਾਂ ਨੂੰ ਕੋਈ ਹੱਕ ਬਣਦਾ ਉੱਥੇ ਗੱਲ ਕਰਨ? ਪਰ ਸਭ ਨੂੰ ਪਤਾ ਹੁੰਦਾ ਕਿ 25 ਦਸੰਬਰ ਨੂੰ ਅੱਜ ਕ੍ਰਿਸਮਿਸ ਡੇ ਹੈਗਾ, ਪਰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ 23 ਤਰੀਕ ਨੂੰ ਵੱਡੇ ਸਾਹਿਬਜ਼ਾਦੇ ਦਾ ਸ਼ਹਾਦਤ ਦਿਹਾੜਾ ਸੀ, 26-27 ਨੂੰ ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਹੋਈ ਸੀ। ਇਹ ਦਿਨ ਕਿਸੇ ਨੂੰ ਨਹੀਂ ਪਤਾ ਹੁੰਦਾ। ਜਿਹਨਾਂ ਗੁਟਕਾ ਸਾਹਿਬ ਮਹਾਰਾਜ ਦੀ ਬਾਣੀ ਨਹੀਂ ਕੁਛ ਸਮਝਿਆ, ਉਹਨਾਂ ਦੇ ਉਸਤੇ ਸੰਗਤ ਕੀ ਹੈ ਜਾਂ ਸਾਡੇ ਪੰਜਾਬ ਦੇ ਲੋਕ ਕੀ ਦਿੰਦਾ? ਉਹਨਾਂ ਦੀ ਇਕੱਲੀ ਸੋਚ ਹੈ ਵੀ ਆਪਾਂ ਸ਼ਹੀਦੀ ਸਥਾਨ 'ਤੇ ਜਾਣਾ, ਬਸ ਆਪਣਾ ਕਿਵੇਂ ਉਹਨਾਂ ਕੋਲ ਵੋਟਾਂ ਲੈਣੀਆਂ ਨੇ, ਕਿਵੇਂ ਉਹਨਾਂ ਦੇ ਆਪਣਾ ਸਾਹਮਣੇ ਪੰਜਾਬ ਨੂੰ ਚੰਗਾ ਪੇਸ਼ ਕਰਨਾ, ਬਸ ਉਹਨਾਂ ਦੇ ਫਲਸਫਾ ਇੰਨਾ ਕੀ ਹੁੰਦਾ। ਅਸੀਂ ਉਹ ਬਣ ਤਾਂ ਨਹੀਂ ਸਕਦੇ, ਪਰ ਸਾਨੂੰ ਹੱਦ ਤੱਕ 1 ਮਹੀਨਾ ਪ੍ਰਚਾਰ ਜ਼ਰੂਰ ਕਰਨਾ ਚਾਹੀਦਾ ਕਿ ਉਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੈ ਕੇ ਲਿਟਰੇਚਰ ਵੰਡਿਆ ਜਾਵੇ ਜਾਂ ਪ੍ਰਚਾਰ ਕੀਤਾ ਜਾਵੇ। ਫੋਰ ਮੋਰ ਇਨਫੋਰਮੇਸ਼ਨ ਸਬਸਕ੍ਰਾਈਬ ਦ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ।